ਨਿਰਭਉ ਨਿਰੰਕਾਰ ਨਹੀਂ ਚੀਨੇ ਆ ਜਿਉ ਹਸਤੀ ਨਾ ਵਾਏ ਸਾਧ ਸੰਗਤ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਸਦਕਾ ਇਹ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸਵੇਰੇ ਉੱਠਦਿਆਂ ਸਾਰ ਭੈਣਾਂ ਨੇ ਆਪਣੀਆਂ ਮਾਵਾਂ ਨੇ ਇਹ ਕੰਮ ਜ਼ਰੂਰ ਕਰਨਾ ਹੈ ਸੋ ਆਪਾਂ ਕੋਸ਼ਿਸ਼ ਕਰਾਂਗੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਇਹਨਾਂ ਬੇਨਤੀਆਂ ਨੂੰ ਸਮਝਣ ਦੀ ਸੋ ਪਹਿਲਾਂ ਤਾਂ ਸਾਰੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਗੁਰੂ ਨੇ ਕਿਰਪਾ ਕੀਤੀ ਪਾਤਸ਼ਾਹ ਨੇ ਰਹਿਮਤ ਕੀਤੀ ਆਪਾਂ ਪੜਦੇ ਆ ਨਾ ਜੀ ਜੋ ਹੋਏ ਦਇਆਲ ਸਤਗੁਰੇ ਆਪਣਾ ਤਾ ਇਹ ਮਤ ਬੁੱਧ ਪਾਈਐ ਇਹ ਅਕਲ ਇਹ ਮਤ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ ਪਿਆਰਿਓ ਆਪਾਂ ਗੁਰੂ ਦਾ ਨਾਮ ਲੈਣਾ ਹੈ ਸਤਿਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਤੇ ਇਹ ਮਤ ਉਦੋਂ ਹੀ ਆਉਂਦੀ ਹੈ ਜਦੋਂ ਖੁਦ ਆਪਾਂ ਨੇੜੇ ਹੋਣ ਦੀ ਕੋਸ਼ਿਸ਼ ਕਰੀਏ ਵੀ ਸਤਿਗੁਰੂ ਮੈਂ ਤੇਰੇ ਨੇੜੇ ਹੋ ਰਿਹਾ ਹਾਂ ਪਾਤਸ਼ਾਹ ਮੈਂ ਤੇਰੇ ਨੇੜੇ ਹੋ ਰਿਆਂ ਤੂੰ ਦਇਆਵਾਨ ਹੋ ਤੂੰ ਕਿਰਪਾ ਕਰ ਤੂੰ ਰਹਿਮਤ ਕਰ ਪਾਤਸ਼ਾਹ ਜੇ ਤੂੰ ਕਿਰਪਾ ਕਰੇਂਗਾ ਤੂੰ ਰਹਿਮਤ ਕਰੇਂਗਾ ਗੱਲ ਬਣ ਜਾਣੀ ਹੈ ਤੇਰੀ ਕਿਰਪਾ ਤੇਰੀ ਰਹਿਮਤ ਦੇ ਨਾਲ ਗੱਲ ਬਣ ਜਾਣੀ ਹੈ ਪਾਤਸ਼ਾਹ ਜੀਓ ਜੇ ਤੁਸੀਂ ਕਿਰਪਾ ਕਰੋਗੇ ਸਤਿਗੁਰੂ ਤੁਹਾਡੀ ਕਿਰਪਾ ਜ਼ਰੂਰੀ ਹੈ ਆਪਾਂ ਪੜਦੇ ਆ ਨਾ ਪਾਤਸ਼ਾਹ ਕਹਿੰਦੇ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟ ਹੈ ਸਰਬ ਸੁਖਾਂ ਸੁਖ ਪਾਈਐ ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਹੈ ਬੰਦਨਾ ਤੋਂ ਤੇਰੀ ਖਲਾਸੀ ਹੋ ਜਾਏਗੀ ਤੇ ਬੰਦਨਾ ਤੋਂ ਤੂੰ ਛੁੱਟ ਜਾਏਗਾ ਤੇ ਆਤਮਿਕ ਮੌਤ ਲਿਆ ਦਿੰਦੇ ਨੇ ਜਿਹੜੇ ਤੇਰੇ ਬੰਧਨ ਨੇ ਤੇ ਨਾਮ ਸਿਮਰਿਆਂ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਸਾਰੇ ਆਨੰਦ ਕਹਿੰਦੇ ਕਿ ਪਰਮ ਆਨੰਦ ਪਰਮਾਨੰਦ ਦੇ ਵਿੱਚ ਸਭ ਕੁਝ ਹੈ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਬੰਦਾ ਸਤਗੁਰੂ ਦੀ ਕਿਰਪਾ ਸਤਗੁਰੂ ਦੀ ਰਹਿਮਤ ਦੇ ਨਾਲ ਜੁੜਦਾ ਹੈ ਉੱਥੇ ਫਿਰ ਪਰਮਾਨੰਦ ਦੀ ਪ੍ਰਾਪਤੀ ਹੋਇਆ ਅਗਰਦੀ ਹੈ ਪਰਮਾਨੰਦ ਪ੍ਰਾਪਤ ਹੁੰਦਾ ਹੈ ਉਥੇ ਪਰਮਾਨੰਦ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਪਿਆਰਿਓ ਜਦੋਂ ਅਸੀਂ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦੇ ਨਾਲ ਜੁੜਾਂਗੇ ਸਤਿਗੁਰੂ ਦੀ ਰਹਿਮਤ ਦੇ ਨਾਲ ਜੁੜਾਂਗੇ ਨਾ ਪਿਆਰਿਓ ਉਦੋਂ ਫਿਰ ਕਿਰਪਾ ਹੁੰਦੀ ਹੈ ਉਦੋਂ ਫਿਰ ਰਹਿਮਤ ਹੁੰਦੀ ਹੈ ਸਾਧ ਸੰਗਤ ਇੱਥੇ ਬੇਨਤੀ ਕਰਾਂ ਸਾਡੀਆਂ ਭੈਣਾਂ ਮਾਵਾਂ ਜਦੋਂ ਸਵੇਰ ਉੱਠਦੀਆਂ ਨੇ ਉਹ ਆਪ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਦੇਖੋ ਟਾਈਮ ਪੀਰੀਅਡ ਮਿੱਥ ਲਓ 15 ਮਿੰਟ ਦਾ 20 ਮਿੰਟ ਦਾ ਟਾਈਮ ਪੀਰੀਅਡ ਕਰੋ ਸਾਧ ਸੰਗਤ ਟਾਈਮ 15 ਮਿੰਟ ਦਾ ਕੱਢ ਲਓ ਵਾਹਿਗੁਰੂ ਵਾਹਿਗੁਰੂ ਕਰੋ ਸਾਡੇ ਬੱਚੇ ਵੇਖਣਗੇ ਉਹ ਵੀ ਕਰਨਗੇ ਤੇ ਆਪਾਂ ਉਹਨਾਂ ਬੱਚਿਆਂ ਨੂੰ ਵੀ ਦਸੀਏ ਕਿ ਭਾਈ ਜਦੋਂ ਸਕੂਲੇ ਜਾਣਾ ਤੁਸੀਂ ਪੰਜ ਪੰਜ ਪਾਠ ਗੁਰਮੰਤਰ ਦੇ ਕਰਕੇ ਜਾਣੇ ਆ ਮੂਲ ਮੰਤਰ ਦੇ ਕਰਕੇ ਜਾਣੇ ਆ ਜੇ ਇਹੋ ਜੀ ਸਥਿਤੀ ਬਣ ਜੇ ਤੇ ਫਿਰ ਮੇਰੇ ਖਿਆਲ ਚ ਘਰਾਂ ਦੀ ਅੱਧੀ ਸਥਿਤੀ ਠੀਕ ਹੋ ਜਾਏ ਪਿਆਰਿਓ ਹਲੇ ਘਰਾਂ ਦੀ ਕਿਸਮਤ ਜਿਹੜੀ ਹੈ ਨਾ ਉਹ ਇਸੇ ਕਰਕੇ ਡਾਊਨ ਹੈ ਆਪਾਂ ਕਹਿੰਦੇ ਮੇਰੀ ਕਿਸਮਤ ਦੇ ਵਿੱਚ ਕੁਝ ਹੈ ਨਹੀਂ ਤੇ ਆਪਾਂ ਕਿਸਮਤ ਦੇ ਵਿੱਚ ਪਰਵਾਉਣਾ ਕਿੱਥੋਂ ਹੈ ਕਿਸਮਤ ਦੇ ਵਿੱਚ ਲਿਖਾਉਣਾ ਕਿੱਥੋਂ ਹੈ ਉਸ ਗੁਰੂ ਤੋਂ ਜੇ ਉਹਦੇ ਨਾਲ ਜੁੜਾਂਗੇ ਫੇਰ ਹੀ ਉਹ ਲਿਖੇਗਾ ਜਿਹੜਾਹੀਂ ਕਹੀਏ ਵੀ ਮੇਰੇ ਕੋਲ ਆ ਕੇ ਖੜ ਜੇ ਮੈਨੂੰ ਕਹੇ ਵੀ ਹਾਂ ਭਾਈ ਕੀ ਚਾਹੀਦਾ ਕੀ ਲਿਖਾਉਣਾ ਹੈ ਬੋਲ ਗੱਲ ਕਰ ਤੇ ਐ ਨਹੀਂ ਉਹਨੂੰ ਪਾਉਣ ਲਈ ਅਭਿਆਸ ਜ਼ਰੂਰੀ ਹੈ ਸ਼ਬਦ ਦਾ ਦੇਖੋ 15 20 ਮਿੰਟ ਕੋਈ ਜ਼ਿਆਦਾ ਨਹੀਂ ਗੁਰੂ ਸੱਚੇ ਪਾਤਸ਼ਾਹ ਦੀ ਆਪਾਂ ਵਡਿਆਈ ਕਰਨ ਦੇ ਲਈ ਇੰਨਾ ਕੁ ਸਮਾਂ ਤੇ ਕੱਢ ਹੀ ਸਕਦੇ ਆ ਨਾ ਜਿਹਦੀ ਕਿਰਪਾ ਦੇ ਨਾਲ ਆਪਾਂ ਸਭ ਕੁਝ ਛਾਗ ਰਹੇ ਆ ਸ਼ਕਾ ਰਹੇ ਆ ਪਹਿਨ ਰਹੇ ਆ ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਣ ਜਿਨੇ ਸਭ ਕੁਝ ਦਿੱਤਾ ਉਹਦੀ ਕਿਰਪਾ ਨਾਲ ਹੀ ਹੈ ਨਾ ਜੀ ਆਪਾਂ ਤਾਂ ਕੁਝ ਨਹੀਂ ਨਾ ਕਰਿਆ ਜੇ ਉਹ ਚਾਵੇ ਉਹ ਸਾਨੂੰ ਕੁਝ ਵੀ ਨਹੀਂ ਦੇ ਸਕਦਾ ਜੇ ਉਹ ਚਾਵੇ ਸਾਨੂੰ ਬਹੁਤ ਕੁਝ ਦੇ ਸਕਦਾ ਜੇ ਉਹ ਚਾਵੇ ਸਾਨੂੰ ਸੜਕ ਤੇ ਲਿਆ ਸਕਦਾ ਜੇ ਉਹ ਚਾਵੇ ਸਾਨੂੰ ਮਹਿਲਾਂ ਤੱਕ ਸ਼ੀਸ਼ ਮਹਿਲਾਂ ਤੱਕ ਲਿਜਾ ਸਕਦਾ ਹੈ ਦੁਨੀਆਂ ਦੇ ਰਾਜੇ ਮਹਾਰਾਜੇ ਵੀ ਉਸ ਸ਼ਖਸੀਅਤ ਦੇ ਪਹੁੰਚਣ ਲਈ ਤਰਸਦੇ ਹੋਣਗੇ ਸਤਿਗੁਰੂ ਚਾਵੇ ਤੇ ਉੱਥੇ ਲਿਜਾ ਸਕਦਾ ਹੈ ਤੁਸੀਂ ਆਪ ਸੋਚੋ ਜਰਾ ਸੋਚ ਕੇ ਵੇਖੋ ਜਰਾ ਸਾਧ ਸੰਗਤ ਇਹ ਗੱਲ ਨੂੰ ਵਿਚਾਰ ਕੇ ਵੇਖੋ ਕਿ ਚੀਜ਼ਾਂ ਬਹੁਤ ਜ਼ਰੂਰੀ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਗੁਰਮੁਖ ਪਿਆਰਿਓ ਆਖਰ ਇਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਪਏਗਾ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਵਿਚਾਰੀਏ ਸੋਚੀਏ ਇੱਕ ਵਾਰ ਗੁਰੂ ਨੇ ਦਿੱਤਾ ਨਾ ਗੁਰੂ ਦੀ ਕਿਰਪਾ ਹੋਈ ਹੈ ਗੁਰੂ ਦੀ ਰਹਿਮਤ ਹੋਈ ਹੈ ਜੇ ਗੁਰੂ ਦੀ ਰਹਿਮਤ ਜਾਂ ਕਿਰਪਾ ਹੀ ਨਾ ਹੁੰਦੀ ਤੇ ਫਿਰ ਅਸੀਂ ਕੀ ਕਰਦੇ ਆਪਾਂ ਇੱਕ ਪਰਮਾਨ ਬੇਨਤੀ ਜਿਹੜੀ ਹੈ ਗੁਰਬਾਣੀ ਜੋ ਪੜਦੇ ਆ ਆ ਪਾਤਸ਼ਾਹ ਕਿਰਪਾ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਕਰ ਸੇਵਾ ਸਤ ਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਏ ਮਨ ਆਪਣੇ ਸਤ ਗੁਰੂ ਦੀ ਸ਼ਰਨ ਪਉ ਕਰਤਾਰ ਦਾ ਨਾਮ ਸਤ ਗੁਰੂ ਤੋਂ ਹੀ ਮਿਲਦਾ ਹੈ ਉਹਦਾ ਨਾਮ ਸਤ ਗੁਰੂ ਤੋਂ ਹੀ ਮਿਲਦਾ ਪਿਆਰਿਆ ਤੇ ਯਾਦ ਰੱਖੀ ਗੁਰ ਕਿਰਪਾਲ ਕਿਰਪਾ ਪ੍ਰਭ ਤਾਰੀ ਬਿਨ ਸੇ ਸਰਬ ਅੰਦੇਸਾ ਜੇ ਸ ਮਨੋਖੋਤੇ ਗੁਰੂ ਨੇ ਕਿਰਪਾਲਤਾ ਕਰਤੀ ਸਤਗੁਰੂ ਨੇ ਦਇਆਲਤਾ ਕਰਤੀ ਨਾ ਪ੍ਰਮਾਤਮਾ ਨੇ ਮਿਹਰ ਕੀਤੀ ਉਹਦੇ ਸਾਰੇ ਚਿੰਤਾ ਫਿਕਰ ਮਿਟ ਗਏ ਤੇ ਆਪਾਂ ਇਹ ਚਿੰਤਾ ਫਿਕਰ ਮਟਾਉਣੇ ਕਿਵੇਂ ਆ ਜਦੋਂ ਆਪਾਂ ਗੁਰੂ ਦੀ ਵਡਿਆਈ ਕਰਾਂਗੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਚਾਹੀ ਦੇਖੋ ਸਾਡੇ ਕਹਿਣ ਨਾਲ ਉਹਨੇ ਵੱਡਾ ਨਹੀਂ ਹੋਣਾ ਸਾਡੇ ਕਹਿਣ ਲੱਗੇ ਉਹਨੇ ਛੋਟਾ ਨਹੀਂ ਹੋਣਾ ਤੇ ਸਾਥ ਸੰਗਤ ਉਹਦੀ ਵੱਡੇ ਦੀ ਵਡਿਆਈ ਕਰਨ ਦੇ ਨਾਲ ਆਪਾਂ ਜ਼ਰੂਰ ਵੱਡੇ ਬਣ ਜਾਵਾਂਗੇ ਪਾਤਸ਼ਾਹ ਕਹਿੰਦੇ ਨੇ ਵੱਡੇ ਕੀ ਆਂ ਵੱਡੇ ਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਉਹਦੀਆਂ ਵਡਿਆਈਆਂ ਇੰਨੀਆਂ ਨੇ ਉਹਦੀ ਵਡਿਆਈ ਕੀਤੇ ਆ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਸਮਰੱਥਾ ਹੀ ਹੈ ਨਹੀਂ ਉਹਦੀ ਵਡਿਆਈ ਕੀਤੇ ਆ ਅਸੀਂ ਜ਼ਰੂਰ ਵੱਡੇ ਹੋ ਜਾਵਾਂਗੇ ਬਸ ਇਹੀ ਫਰਕ ਹੈ ਸਾਨੂੰ ਇਹ ਚੀਜ਼ਾਂ ਬਿਲਕੁਲ ਸੋਚਣੀਆਂ ਪੈਣਗੀਆਂ ਵਿਚਾਰੀਏ ਨਾ ਚੀਜ਼ਾਂ ਨੂੰ ਸਾਲ ਸੰਗਤ ਹਲੇ ਤੇ ਤ੍ਰਿਸ਼ਨਾ ਲੱਗੀ ਹੋਈ ਹੈ ਵੀ ਆ ਵੀ ਪਾਲਾਂ ਉਹ ਵੀ ਪਾਲਾਂ ਪਰਸ਼ਾ ਕਹਿੰਦੇ ਨੇ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਅੰਦਰੋਂ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਕਿਸੇ ਵਿਰਲੇ ਦੀ 부ਜਦੀ ਹੈ 부ਜਦੀ ਕਿਨਾਂ ਦੀ ਹੈ ਉਹਨਾਂ ਦੀ 부ਜਦੀ ਹੈ ਜਿਹੜੇ ਪਰਮਾਤਮਾ ਦੇ ਹੋ ਗਏ ਜਿਹੜੇ ਸਤਗੁਰੂ ਦੇ ਹੋ ਗਏ ਜਿਹੜੇ ਕਹਿੰਦੇ ਨੇ ਜੋ ਕੁਝ ਦੇਣਾ ਹੈ ਸਤਗੁਰੂ ਨੇ ਦੇਣਾ ਹੈ ਸਤਗੁਰੂ ਨੇ ਹੀ ਕਰਨਾ ਹੈ ਪਰਸ਼ਾ ਦੇਖੋ ਬੱਚੇ ਨੂੰ ਖਾਣ ਪੀਣ ਦੀ ਲਾਲਸਾ ਹੁੰਦੀ ਹੈ ਖੇਡ ਖਿਡਾਉਣਿਆਂ ਦੀ ਥੋੜਾ ਜਿਹਾ ਵੱਡਾ ਹੁੰਦਾ ਫਿਰ ਵੱਡੀਆਂ ਚੀਜ਼ਾਂ ਦੀ ਲਾਲਸਾ ਹੁੰਦੀ ਹੈ ਜਵਾਨੀ ਵਿੱਚ ਆਉਂਦਾ ਫਿਰ ਹੋਰ ਲਾਲਸਾ ਵੱਧ ਜਾਂਦੀ ਹੈ ਵਿੱਚ ਚੰਗੇ ਜੀਵਨ ਸਾਥੀ ਦੀ ਲਾਲਸਾ ਵੱਧ ਜਾਂਦੀ ਹੈ ਫਿਰ ਵਿਆਹ ਹੋ ਜਾਂਦਾ ਫਿਰ ਚੰਗੀ ਔਲਾਦ ਦੀ ਲਾਲਸਾ ਵੱਧ ਜਾਂਦੀ ਹੈ ਫਿਰ ਉਸ ਤੋਂ ਬਾਅਦ ਮੇਰੀ ਔਲਾਦ ਨੂੰ ਚੰਗੀ ਨੌਕਰੀ ਅਉਧਾ ਮਿਲ ਜੇ ਇਸ ਗੱਲ ਦੀ ਲਾਲਸਾ ਵੱਧ ਜਾਂਦੀ ਹੈ ਉਸ ਤੋਂ ਬਾਅਦ ਫਿਰ ਅੱਗੇ ਆਪਣੇ ਪੁੱਤ ਪੋਤਰਿਆਂ ਦੀ ਲਾਲਸਾ ਵੱਧ ਜਾਂਦੀ ਹੈ ਸਾਰੀ ਉਮਰ ਲਾਲਸਾ ਮੁਕਦੀ ਨਹੀਂ ਲਾਲਸਾ ਚੱਲਦੀ ਰਹਿੰਦੀ ਹੈ ਤੇ ਇਸ ਲਾਲਸਾ ਚੋਂ ਨਿਕਲ ਕੇ ਨਰਲੇਪ ਹੋ ਗਏ ਅਸੀਂ ਗੁਰੂ ਲਈ ਜੁੜਨਾ ਹੈ ਪਾਦਸ਼ਾ ਲਈ ਜੁੜਨਾ ਹੈ ਪਿਆਰਿਓ ਤੇ ਉਹਦਾ ਸ਼ੁਕਰਾਨਾ ਕਰਨਾ ਹੈ ਜੋ ਆਪਣੇ ਕੋਲ ਹੈ ਤੇ ਜੋ ਸਾਡੇ ਕੋਲੇ ਮੌਜੂਦ ਨਹੀਂ ਉਹਦੇ ਲਈ ਮੰਗ ਕਰਨੀ ਹੈ ਤੇ ਸਾਧ ਸੰਗਤ ਆਪਾਂ ਇਹਨਾਂ ਚੀਜ਼ਾਂ ਨੂੰ ਫੋਲੋ ਜ਼ਰੂਰ ਕਰੀਏ ਅਸੀਂ ਆਪਾਂ ਵੀ ਬਦਲੀਏ ਤੇ ਆਪਣੇ ਬੱਚਿਆਂ ਨੂੰ ਵੀ ਬਦਲੀਏ ਉਹਨਾਂ ਨੂੰ ਫੇਰ ਹੀ ਜ਼ਿੰਦਗੀ ਦੀ ਮਾਇਨੇ ਸਮਝ ਪੈਣਗੇ ਸੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ